अस्सलाम वालेकुम नाज़रीन, तुसी वेख रहे हो रहमानी न्यूज़ दा प्रोग्राम सोना देश पंजाब दा। जी मैं शेयर सुनाने लगा इन्हां नूं कि नहीं सफ़र समान तैयार होया, की करांगा खाक विच रोलिया मैं, जदों आया ते करम अजान होई, पढ़ी गई नमाज ते चलिया मैं ये पंजाबी दा प्रोग्राम सोना देश पंजाब दा। इस बारे गल करदे होया मैं अपने दोस्त बचपन दे लगोटिया जिहड़ा असगर पहलवान साहब जिहड़े ने उन्हां कोलों मैं एक गीत सुनना चाहुंदा सां, जिहड़ा लिखिया होया गीत हाजी मेराजदीन साहब दा। और लिखारी ने बहुत अच्छे लिखारी सन, और इस गीत सुनाण विच साथ देण के मुनव्वर गुराया साहब और उस्तादां दे उस्ताद जनाब रशीद अंजम साहब और असगर रहमानी साहब कोलों ਉਗੀ ਸੁਣਨ ਦੀ ਜਸਾਰਤ ਕਰਾਂਗੇ। ਜਿਸ ਤਰ੍ਹਾਂ ਨਾਜ਼ਰੀਨ ਤੁਹਾਨੂੰ ਪਤਾ ਹੋਵੇ ਕਿ ਰਹਿਮਾਨੀ ਨਿਊਜ਼ ਚੈਨਲ ਪੰਜਾਬੀਅਤ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਦਾ, ਅਤੇ ਮਿਰਾਜਦੀਨ ਡੋਗਰ ਸਾਹਿਬ ਨੇ ਵੀ ਇਸ ਗਾਣੇ ਦੇ ਵਿੱਚ, ਇਸ ਕਲਾਮ ਦੇ ਵਿੱਚ ਇਹੋ ਜਿਹੇ ਅਲਫਾਜ਼ ਇਸਤੇਮਾਲ ਕੀਤੇ ਨੇ ਕਿ ਤੁਹਾਡੀਆਂ ਅੱਖਾਂ ਦੇ ਵਿੱਚ ਪੂਰਾ ਪੰਜਾਬ ਘੁੰਮ ਜਾਏ। ਸਭ ਜੋੜੀਆਂ ਜਗਦੇ ਨਬੀ ਬੇ ਮਿਸਲ ਮਿਸਾਲ ਜੋੜੀ, ਫੇਰ ਜੋੜੀ ਪਰਦੰਦ ਅਲੀ ਫਾਤਮਾਂ ਦੀ, ਉਹ ਸੋਹਣੇ ਹਸਨ ਹੁਸੈਨ ਲਾਜਵਾਲ ਜੋੜੀ, ਰੱਬ ਪਾਕ ਵਤਨ ਤੇ ਮੋਹਣ ਲਈ ਕੱਲੀ ਹੋਰ ਵੀ ਇੱਕ ਕਮਾਲ ਜੋੜੀ, ਜੁਗ ਜੁਗ ਜੀਵੇ ਸ਼ਾਲਾ ਸਾਡਾ ਸੋਹਣਾ ਦੇਸ਼ ਪੰਜਾਬ, ਜੁਗ ਜੁਗ ਜੀਵੇ ਸ਼ਾਲਾ ਸਾਡਾ ਸੋਹਣਾ ਦੇਸ਼ ਪੰਜਾਬ, ਪਿਆਸ ਰਾਣੀ ਤੇ ਸਤਲਜ ਤੇ ਲੰਬ ਵਗਦਾ ਜਿੱਥੇ ਚੁਣਾਬ, ਜੁਗ ਜੁਗ ਜੀਵੇ ਸ਼ਾਲਾ ਸਾਡਾ ਸੋਹਣਾ ਦੇਸ਼ ਪੰਜਾਬ, ਬੇਲੀਓ ਸੋਹਣਾ ਦੇਸ਼ ਪੰਜਾਬ। ਕਿਸੇ ਵੱਲੋਂ ਨਹੀਂ ਤੰਗੀ, ਇਹ ਧਰਤੀ ਜੇ ਚਿੜੀਆ ਸੋਨੇ ਦੀ ਕਹਿ ਗਏ ਲੋਕ ਫਰੰਗੀ, ਖੁਸ਼ਹਾਲੀ ਪਈ ਦਿਸੇ ਕਿਸੇ ਵੱਲੋਂ ਨਹੀਂ ਤੰਗੀ, ਇਹ ਧਰਤੀ ਜੇ ਚਿੜੀਆ ਸੋਨੇ ਦੀ ਕਹਿ ਗਏ ਲੋਕ ਫਰੰਗੀ, ਜੰਮਾ ਮਰਵਾ ਮੋਤੀਆਂ ਇੱਥੇ ਖਿੜਿਆ ਕਿਸੇ ਗੁਨਾ, ਜੁਗ ਜੁਗ ਜੀਵੇ ਸ਼ਾਲਾ ਸਾਡਾ ਸੋਹਣਾ ਦੇ ਸੁਪਨਾ, ਬੋਲੀਓ ਸੋਹਣਾ ਦੇ ਸੁਪਨਾ। ਥੋੜ ਨਾ ਕੋਈ ਦਿਸੇ ਮਰੇ ਪਵੋਲੇ, ਕਣਕ ਕਮਾ ਦੁਮ ਕੀਲੇ ਮੁੰਗੀ ਬਾਫਰ ਹੋਣ ਛੋਲੇ, ਆਲੂ ਅਨਾਜ ਦੀ ਥੋੜ ਨਾ ਕੋਈ ਦਿਸਦੇ ਪਰੇ ਪਵੋਲੇ, ਕਣਕ ਕਮਾ ਦੁਮ ਕੀਲੇ ਮੁੰਗੀ ਬਾਫਰ ਹੋਣ ਛੋਲੇ, ਬਿੱਲਾ ਨੇ ਰੰਗ ਲਾਏ ਸ਼ਾਲਾ ਸਾਡਾ ਸੋਹਣਾ ਦੇ ਸੁਪਨਾ, ਸੋਹਣਾ ਦੇ ਸੁਪਨਾ, ਬੇਲੀਓ ਸੋਹਣਾ ਦੇ ਸੁਪਨਾ। ਨਾ ਜਾ ਦੁਆ ਦਾ ਮਾਲ ਵਛੜਦੇ ਲੈਂਦੇ ਪਾਸੇ ਬਾਰਾ, ਸੇਵਾ ਸਾਡਾ ਸਾਂਝੀਆਂ ਸੋਚ ਵਿਚਾਰਾ,
ਫੜਦੇ ਲੈਂਦੇ ਪਾਸੇ ਬਾਰਾ ਇੱਕੋ ਜਿਹਾ ਵਸੇਬਾ ਸਾਡਾ ਸਾਂਝੀਆਂ ਸੋਚ ਵਿਚਾਰਾ ਇੱਕ ਦੂਜੇ ਨੂੰ ਵੇਖਣ ਲਈ ਅਸੀਂ ਰਹਿੰਦੇ ਹਾਂ ਬੇਪਾਰ ਜੁਗ ਜੁਗ ਹੀ ਵੇ ਸਾਲਾ ਸਾਡਾ ਸੋਹਣਾ ਦੇਸ ਪਿਆਰਾ ਜੁਗ ਜੁਗ ਹੀ ਵੇ ਸਾਲਾ ਸਾਡਾ ਸੋਹਣਾ ਦੇਸ ਪਿਆਰਾ ਸੁਨਵਾ ਤੋਂ ਵਕਲੀ ਅਸਗਰ ਡੋਗਰ ਵਰਗੇ ਕਹਿੰਦੇ ਚੜਨਾ ਲੰਬਾ ਹੋਵੇ ਵਾਂਗ ਪਰਾ ਮਾਰੇਂਗੇ ਆਸਨਵਾ ਤੋਂ ਵਕਲੀ ਅਸਗਰ ਡੋਗਰ ਵਰਗੇ ਕਹਿੰਦੇ ਹੇ ਪਰਮੀ ਜੇ ਚੰਨਤ ਵਰਗੀ ਸੁਣ ਲਓ ਤੁਸੀਂ ਜਵਾ ਸਾਡਾ ਸੋਹਣਾ ਦੇਸ ਪਿਆਸ ਰਾਵੀ ਤੇ ਸਤਲਜ ਦੇ ਲੰਬਕਦਾ ਜਿੱਥੇ ਜਵਾ ਜੁਗ ਜੁਗ ਜੀਵੇ ਸਾਲਾ ਸਾਡਾ ਸੋਹਣਾ ਦੇਸ ਪਿਆਰ ਤੇਲੀਓ ਸੋਹਣਾ ਦੇਸ ਪਿਆਰ ਸਜਣੋ ਸੋਹਣਾ ਦੇਸ ਪਿਆਰ ਸਜਣੋ ਸੋਹਣਾ ਦੇਸ ਪਿਆਰ ਅਸਗਰ ਭਲਵਾਨ ਸਾਹਿਬ ਅਸੀਂ ਸ਼ੁਰੂ ਤੋਂ ਕਹਿੰਦੇ ਸਾਂ ਕਿ ਕਬੱਡੀ ਹਰ ਬੰਦਾ ਖੇਡ ਲੈਂਦਾ ਲੇਕਿਨ ਅੱਧੇ ਨੰਬਰ ਉਹਦੇ ਐਕਸ਼ਨ ਦੇ ਹੁੰਦੇ ਨੇ ਤੁਸੀਂ ਬਹੁਤ ਅੱਛਾ ਗੀਤ ਬੋਲਿਆ ਲੇਕਿਨ ਨਾਲ ਰਸ਼ੀਦ ਅੰਜਮ ਸਾਹਿਬ ਦਾ ਐਕਸ਼ਨ ਔਰ ਜਿਸਮ ਦੀ ਅਦਾ ਇਹ ਦੱਸਦੀ ਸੀ ਪਈ ਕਿ ਆਵਾਜ਼ ਕਿਵੇਂ ਨਿਕਲਦੀ ਹੈ ਅਤੇ ਬੋਲ ਕਿਸ ਤਰ੍ਹਾਂ ਨਿਕਲਦਾ ਹੈ ਤਿੰਨ ਦਿਨ ਤਿੰਨ ਰਾਤਾਂ ਇੱਕ ਗੱਲ ਦਿਹਾੜਿਆ ਰਿਹਾ ਗੱਲ ਕੀ ਸੀ ਇਹ ਅਤੇ ਉਹ ਇਹ ਸਾਹਮਣੇ ਨੇ ਉਹ ਦਿਸਦਾ ਨਹੀਂ ਇਹਦੀ ਹਸੀਅਤ ਕੋਈ ਨਹੀਂ ਹਸੀਅਤ ਵਾਲਾ ਦਿਸਦਾ ਨਹੀਂ ਸਮਝ ਨਾ ਆਵੇ ਕਿ ਇਹ ਉਹ ਗੱਲ ਕੀ ਹੈ ਤਿੰਨ ਦਿਨ ਤਿੰਨ ਰਾਤਾਂ ਮੈਂ ਡਿਆ ਰਹਿਣ ਦਿੱਤੇ ਇਸੇ ਲਫ਼ਜ਼ 'ਤੇ ਅਖੀਰ ਸੁਬਾਹ ਉੱਠ ਕੇ ਨਮਾਜ਼ ਪੜ੍ਹ ਕੇ ਉਹਨਾਂ ਨੇ ਇੱਕ ਸਾਈਡ 'ਤੇ ਲਿਖ ਦਿੱਤਾ ਇਹ ਇਹ ਨਹੀਂ ਇਹ ਦੂਜੀ ਸਾਈਡ 'ਤੇ ਲਿਖਿਆ ਉਹ ਆਵਾਜ਼ ਆਈ ਅੰਦਰੋਂ ਕਿ ਦੋਵਾਂ ਰੂਪਾਂ ਨੂੰ ਇਕੱਠਿਆਂ ਕਰੋ ਦੋਵਾਂ ਲਫ਼ਜ਼ਾਂ ਨੂੰ ਇਕੱਠਿਆਂ ਕਰਕੇ ਵੇਖ ਜਦੋਂ ਇਹ ਅਤੇ ਉਹ ਨੂੰ ਇਕੱਠਿਆਂ ਕੀਤਾ ਬਣ ਗਿਆ ਇਹੋ ਕੀ ਬਣ ਗਿਆ ਇਹੋ ਤੇ ਫਿਰ ਇਹ ਲਿਖਿਆ ਗਿਆ ਮੈਨੂੰ ਉਹ ਨਹੀਂ ਦਿਸਿਆ ਕਿਧਰੇ ਵੀ ਮੈਨੂੰ ਉਹ ਨਹੀਂ ਦਿਸਿਆ ਕਿਧਰੇ ਵੀ ਬਸ ਨਜ਼ਰੀਆਂ ਇਹ ਹੋਈਏ ਮੈਨੂੰ ਉਹ ਨਹੀਂ ਦਿਸਿਆ ਕਿਧਰੇ ਵੀ ਬਸ ਨਜ਼ਰੀਆਂ ਕਤਦਾ ਕੱਢ ਤੁਈ ਦਿਲਾਂ ਚੋਂ ਇਹ ਕਤਦਾ ਜਿਸ ਸਬਕ ਬੜਾਇਆ ਇਹ ਹੋਈਏ ਕੱਢ ਤੁਈ ਦਿਲਾਂ ਚੋਂ ਇਹ ਕਤਦਾ ਜਿਸ ਸਬਕ ਬੜਾਇਆ ਇਹ ਹੋਈਏ ਤਸਵਰ ਬਣੀਏ ਕੀ ਉਹਦਾ ਦਸ ਤਸਵਰ ਬਣੀਏ ਕੀ ਜਿਹੜਾ ਦਿਸਦਾ ਹੀ ਨਹੀਂ ਉਹਨੂੰ ਮੰਨੀ
ਇਰਸ਼ਾਦ ਫਰਮਾਇਆ ਇਹ ਹੋਏ ਉਹ ਕਰਕੇ ਕਿਉਂ ਆਖਾਂ ਮੁਰਸ਼ਾਦ ਫਰਮਾਇਆ ਇਹ ਹੋਏ ਸਲਾਮ ਕਰੇ ਜਿਹਨੂੰ ਸਜਦੇ ਬਾਦ ਸਲਾਮ ਕਰੇ ਉਹ ਆਤਮ ਜਾਇਆ ਇਹ ਹੋਏ ਜਿਹਨੂੰ ਸਜਦੇ ਬਾਦ ਸਲਾਮ ਕਰੇ ਉਹ ਆਤਮ ਜਾਇਆ ਇਹ ਹੋਏ